ਇੰਡਸਟਰੀ ਨੇ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ। ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ। ਦੇਸੀ ਤੜਕਾ ਲਾਈਵ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਦੇਸੀ ਤੜਕੇ 'ਚ ਬਹੁਤ ਬਹੁਤ ਸਵਾਗਤ ਹੈ। ਜਿੱਦਾਂ ਕਿ ਅਸੀਂ ਵੀਡੀਓ 'ਚ ਸਾਫ ਸਾਫ ਦੇਖਿਆ ਕਿ ਜਸਟਿਨ ਟਰੂਡੋ 'ਚ ਸਤਿੰਦਰ ਸਰਤਾਜ ਜੋ ਕਿ ਪੰਜਾਬ ਦੇ ਮਸ਼ਹੂਰ ਗਾਇਕ ਨੇ ਉਹਨਾਂ ਨੂੰ ਮਿਲਿਆ ਅਤੇ ਸਰਤਾਜ ਜੀ ਨੇ ਉਹਨਾਂ ਦਾ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਵੈਲਕਮ ਕੀਤਾ। ਅਤੇ ਜਿੱਦਾਂ ਕਿ ਜਸਟਿਨ ਟਰੂਡੋ ਜੀ ਦੀ ਪੁਰਾਣੀ ਖੁਆਇਸ਼ ਸੀ ਕਿ ਉਹ ਪੰਜਾਬੀ ਸਿੰਗਰਾਂ ਨੂੰ ਜ਼ਰੂਰ ਮਿਲਣਾ ਚਾਹੁੰਦੇ ਨੇ ਅਤੇ ਬਾਲੀਵੁੱਡ ਦੇ ਆਰਟਿਸਟ ਜੋ ਕਿ ਮਸ਼ਹੂਰ ਨੇ ਸ਼ਾਹਰੁਖ ਖਾਨ, ਆਮਿਰ ਖਾਨ, ਉਹ ਉਹਨਾਂ ਦੀ ਤਮੰਨਾ ਪੂਰੀ ਹੋ ਚੁੱਕੀ ਹੈ। ਉਹ ਕੱਲ੍ਹ ਬੰਬੇ ਟੂਰ ਦੇ ਵਿੱਚ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਅਤੇ ਹੋਰ ਵੱਡੀਆਂ ਵੱਡੀਆਂ ਹਸਤੀਆਂ ਨੂੰ ਮਿਲ ਚੁੱਕੇ ਨੇ ਅਤੇ ਅੱਜ ਉਹ ਅੰਮ੍ਰਿਤਸਰ ਵਿਖੇ ਆ ਚੁੱਕੇ ਨੇ ਅਤੇ ਉਹਨਾਂ ਨੇ ਹੁਣ ਵਾਅਦਾ ਕੀਤਾ ਕਿ ਸਾਰੇ ਪੰਜਾਬੀ ਆਰਟਿਸਟਾਂ ਨੂੰ ਮਿਲਣਗੇ। ਅੱਜ ਉਹ ਸਤਿੰਦਰ ਸਰਤਾਜ ਨੂੰ ਮਿਲੇ ਅਤੇ ਹੁਣ ਬੱਬੂ ਮਾਨ ਸਾਹਿਬ ਵੀ ਕਿਵੇਂ ਪਿੱਛੇ ਹਟ ਸਕਦੇ ਨੇ। ਭਰੋਸੇਮੰਦ ਸੂਤਰਾਂ ਮੁਤਾਬਕ ਇਹ ਖਬਰ ਮਿਲ ਰਹੀ ਹੈ ਕਿ ਕੱਲ੍ਹ ਸ਼ਾਇਦ ਬੱਬੂ ਮਾਨ ਜੀ ਜਸਟਿਨ ਟਰੂਡੋ ਨੂੰ ਮਿਲ ਸਕਦੇ ਨੇ। ਅਤੇ ਹੋਰ ਖਬਰਾਂ ਲਈ ਸਾਡੇ ਨਾਲ ਦੇਸੀ ਤੜਕੇ ਦੇ ਬਣੇ ਰਹੋ। ਧੰਨਵਾਦ।